काफी दिन हुए सी धोते सी लेकिन मैं चढ़ाए नहीं सी मैनू इस तरह सोहने लगते सी लेकिन बच्चे जदू आ जाते हैं ना तो फिर इस तरह पैर उपर चढ़ाते हैं तो इस करके ना फैसलाबाद लगा ना फैसलाबाद मैं कि गई ना फिर इन्होंने ना छाड़ होर लैके आवांगी ये तो मैं इतो ले आ लेकिन कलर जरा वा ना इना प्यारा नहीं है जो बच्चे ज्यादा होंगे ना फिर मक्खियां भी ज्यादा हो जाती बच्चे मीठा खाते कदी कुछ चीज मक्खियां चॉकलेट खा लेंगे कदी बिस्कुट खा लेंगे कदी कोई चीज ते मक्खियां ना फिर जाहिर मेरे तो माशाल्लाह बच्चे जड़े आ ना बड़े बड़े आ ते वो तो चीज़ा खा लेंदे आ लेकिन इन्नी नहीं होंदी ना मेरे घर आज मक्खियां मैनू भैणा कहंदियां वा कहिंदे तेरे घर ना सानू मक्खियां नज़र नहीं आईयां लेकिन आज मैनू नज़र आईयां तुहानू भी नज़र आईयां होणगियां ते कोई नहीं ये ना दूसरा हो जाणगियां आपे चल जाणगियां मक्खियां ते फिलहाल दा टाइम हो गया वा हुण ना फिलहाल नू लैण जाएगा फिलहाल दा पापा ते फिलहाल नू लैके आएगा प्याज खत्म होया सी प्याज लवांगी मटर छिलके दे दियो जी माशाल्लाह बिलाल दे पापा ने ना आलू भी छिलके देते मटर भी छिलके देते ना
ਇਕੱਠੇ ਕਰਦੀ ਆ ਉਹਨਾਂ ਨੂੰ ਧੋ ਲੈਂਦੀ ਆ ਤੇ ਦੂਸਰਾ ਫਿਰ ਨਾ ਚਾਹ ਜਿਹੜੀ ਆ ਨਾ ਮੈਂ ਉਸ ਪਰ ਰੱਖ ਲਈ ਆ ਵੈਸੇ ਤਾਂ ਅਸੀਂ ਉੱਥੇ ਚਾਹ ਪੀ ਕੇ ਆਏ ਸੀਗੇ ਲੇਕਿਨ ਨਾ ਥਕੇਵਾ ਬਹੁਤ ਜ਼ਿਆਦਾ ਸੀਗੀ ਇਸ ਕਰਕੇ ਨਾ ਮੈਂ ਕਿਹਾ ਇੱਕ ਵਾਰੀ ਨਾ ਘਰ ਬਣਾ ਕੇ ਨਾ ਚਾਹ ਪੀ ਲੈਂਦੇ ਆ ਤੇ ਨਾਲ ਨਾਲ ਮੈਂ ਨਾ ਦੂਸਰਾ ਮਸਾਲਾ ਵੀ ਤਿਆਰ ਕਰਦੀ ਆ ਪਿਆਜ਼ ਜਿਹੜੇ ਆ ਨਾ ਪਿਆਜ਼ ਵੀ ਛਿਲਦੀ ਆ ਤੇ ਨਾਲ ਦੂਸਰਾ ਲਸਣ ਵੀ ਛਿਲੂੰਗੀ ਕੱਲੀ ਕੱਲੀ ਪੀ ਰਹੀ ਆ ਹੁਣੇ ਨਾਲ ਸਾਨੂੰ ਦੇ ਦੇ ਮੈਂ ਤਾਂ ਸਿਰ ਚੈੱਕ ਕਰਦੀ ਆ ਅੱਛਾ ਇਹ ਨਾ ਚੈੱਕ ਕਰਦੇ ਕਰ ਸਾਰੀ ਨਾ ਪੀ ਜਾਈ ਨਹੀਂ ਇਹ ਸਾਰੀ ਨਹੀਂ ਪੀਂਦੀ ਸੱਚੀ ਨਹੀਂ ਘੱਟ ਸੀ ਮੈਂ ਕਿਹਾ ਥੋੜੀ ਚੀਨੀ ਹੋਰ ਪਾ ਲੈਂਦੀ ਚਲੋ ਸਹੀ ਹੋ ਗਿਆ ਹਾਂਜੀ ਚਾਹ ਨਾ ਉੱਪਰ ਲੈ ਕੇ ਆ ਗਈ ਆ ਸਾਰਾ ਸਮਾਨ ਵੀ ਉੱਪਰ ਲੈ ਆਂਦਾ ਪਹਿਲੇ ਅਸੀਂ ਚਾਹ ਪੀਵਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਹੋਏਗਾ ਫਿਰ ਉਹ ਕਰਾਂਗੇ ਅੱਜ ਤਾਂ ਬਹੁਤ ਹੀ ਥੱਕੇ ਆ ਪਹਿਲਾ ਦਿਨ ਸੀ ਨਾ ਪਹਿਲਾ ਦਿਨ ਤਾਂ ਨਾ ਬੰਦਾ ਬਹੁਤ ਹੀ ਹਜੇ ਤਾਂ ਸਵੇਰ ਉੱਠਾਂਗੇ ਤਾਂ ਪਤਾ ਲੱਗੇਗਾ ਅੱਲਾ ਖੈਰ ਰੱਖੇ ਅੱਲਾ ਖੈਰ ਕਰੇਗਾ ਐਸ ਅੱਜ ਆਪ ਜਾਵਾਂਗੇ ਕੱਲ ਨੂੰ ਸਾਂਝਰੇ ਹਾਂ ਕੱਲ ਨੂੰ ਸਾਂਝਰੇ ਜਾਵਾਂਗੇ ਨਾ ਫਿਰ ਬੰਦਾ ਜਲਦੀ ਟਾਈਮ ਨਾਲ ਥੋੜਾ ਜਿਹਾ ਆ ਜਾਂਦਾ ਹਾਂ ਕਿਉਂ ਅਸੀਂ ਇੱਧਰ ਫਿਰ ਆਉਣਾ ਹੁੰਦਾ ਵਾ ਉਹਨਾਂ ਦਾ ਵੀ ਘਰ ਉੱਥੇ ਹੀ ਨਜ਼ਦੀਕ ਆ ਉਹਨਾਂ ਦਾ ਘਰ ਅਸੀਂ ਥੋੜੇ ਦੂਰ ਆ ਲੇਕਿਨ ਫਿਰ ਸ਼ਾਮ ਦਾ ਵੀ ਹਾਂਡੀ ਰੋਟੀ ਸਾਰਾ ਕੁਝ ਕਰਨਾ ਹੁੰਦਾ ਮੈਂ ਘਰ ਕੱਲੀ ਆ ਤੇ ਆ ਹੁਣ ਮੈਂ ਤੁਹਾਨੂੰ ਕਿਹਾ ਸੀ ਮੈਂ ਰਹਿ ਪੈਣਾ ਵਾ ਤੁਸੀਂ ਦੋਨੋਂ ਜਣੇ ਚੱਲ ਜਾਇਓ ਤੁਸੀਂ ਨਹੀਂ ਮੰਨੇ ਅਸੀਂ ਕਿਹਾ ਫਿਰ ਸਵੇਰ ਇਕੱਠੇ ਆ ਫਿਰ ਚੱਲ ਜਾਵਾਂਗੇ ਬਿਲਾਲ ਦੀ ਵਰਦੀ ਧੋਤੀ ਰਿਹਾਨ ਦਾ ਇੱਕ ਪੈਂਟ ਸ਼ਰਟ ਸੀਗੀ ਉਹ ਆਣ ਕੇ ਧੋਤੇ ਆ ਆਪ ਥੋੜ੍ਹੇ ਦੂਸਰਾ ਕੱਪੜੇ ਚੇਂਜ ਕੀਤੇ ਫਰੈਸ਼ ਹੋਏ ਆ ਅਤੇ ਹੁਣ ਦੂਸਰਾ ਚਾਹ ਬਣਾਈ ਆ ਮੈਂ ਕਿਹਾ ਥੋੜ੍ਹਾ ਥਕੇਵਾ ਜਿਹੜਾ ਵਾ ਨਾ ਉਹ ਉਤਰ ਜਾਏਗਾ ਅਤੇ ਚਾਹ ਪੀਂਦੇ ਹਾਂ ਜਿੰਨੇ ਜਿੰਨੇ ਸਾਡੇ ਨਾਲ ਚਾਹ ਪੀਣੀ ਆ ਅਤੇ ਆਣ ਕੇ ਸਾਡੇ ਨਾਲ ਚਾਹ ਪੀ ਸਕਦੇ ਆ ਅਤੇ ਰਿਹਾਨ ਗਿਆ ਵਾ ਬਿਲਾਲ ਨੂੰ ਲੈਣ ਅਤੇ ਬਿਲਾਲ ਜਿਹੜਾ ਨਾ ਉਹ ਗਿਆ ਵਾ ਟਿਊਸ਼ਨ ਅਸੀਂ ਅੱਜ ਗਏ ਸੀ ਜਿਹੜਾ ਮੇਰਾ ਸਭ ਤੋਂ ਬੜਾ ਬੇਟਾ ਵਾ ਨਾ ਉਹ ਬਿਲਾਲ ਸਕੂਲ ਗਿਆ ਸੀਗਾ ਉੱਥੋਂ ਨਾ ਸਕੂਲ ਉਹਨੇ ਬਿਲਾਲ ਨੂੰ ਲੈ ਕੇ ਆਏ ਆ ਹੁਣ ਟਿਊਸ਼ਨ 'ਤੇ ਵੀ ਉਹ ਹੀ ਛੱਡ ਕੇ ਆਇਆ ਸੀ ਅਤੇ ਹੁਣ ਰਿਹਾਨ ਗਿਆ ਵਾ ਉਹਨੂੰ ਲੈਣ ਅਤੇ ਹੁਣ ਰਿਹਾਨ ਲੈ ਕੇ ਆਏਗਾ ਜੀ ਅੱਜ ਨਾ ਹਾਂਡੀ ਦੇ ਵਿੱਚ ਪਹਿਲਾ ਦਿਨ ਨਾ ਸਾਲਣ ਬਣਾਉਣ ਲੱਗੇ ਹਾਂ ਵੈਸੇ ਮੈਂ ਜਦੋਂ ਵੀ ਪਹਿਲੀ ਦਫ਼ਾ ਸਾਲਣ ਪਕਾਉਂਦੀ ਹਾਂ ਨਾ ਜਾਂ ਬੜਾ ਗੋਸ਼ਤ ਜਾਂ ਸਾਗ ਜਾਂ ਇਸ ਤਰ੍ਹਾਂ ਕੋਈ ਚੀਜ਼ ਬਣਾਉਂਦੀ ਹਾਂ ਲੇਕਿਨ 24 ਘੰਟੇ 'ਚ ਨਾ ਮੈਂ ਪਾਣੀ 'ਚ ਰੱਖੀ ਸੀਗੀ ਇਹ ਹਾਂਡੀ ਅਤੇ ਇਹ ਨਾ ਦੂਸਰਾ ਬਿਲਕੁਲ ਸਹੀ ਆ ਕੋਈ ਟੈਨਸ਼ਨ ਨਹੀਂ ਹੈ ਲੇਕਿਨ ਮੈਂ ਦੂਸਰਾ ਅੱਜ ਇਹਦੇ ਵਿੱਚ ਬਣਾਉਣ ਲੱਗੀ ਹਾਂ ਆਲੂ ਅਤੇ ਮਟਰ ਆਲੂ ਮਟਰ ਦੀ ਰੈਸਿਪੀ ਬਣਾਉਣ ਲੱਗੀ ਹਾਂ ਮੈਂ ਕਿਹਾ ਇਹਦੇ ਵਿੱਚ ਨਾ ਸਾਲਣ ਬਹੁਤ ਹੀ ਟੇਸਟੀ ਲੱਗਦਾ ਵਾ ਇੱਕ ਮਜ਼ੇਦਾਰ ਬਣਦਾ ਵਾ ਅਤੇ ਮੈਂ ਕਿਹਾ ਇਹਦੇ ਵਿੱਚ ਨਾ ਬਣਾ ਲੈਂਦੇ ਹਾਂ ਤੇਰੀ ਅੰਮੀ ਤਰ੍ਹਾਂ ਪਤਾ ਨਹੀਂ ਮੇਰੇ ਕੋਲ ਸਾਲਣ ਪੱਕਣਾ ਜਾਂ ਨਹੀਂ ਪੱਕਣਾ ਲੇਕਿਨ ਅੱਜ ਕੋਸ਼ਿਸ਼ ਕਰਾਂਗੀ ਕਿ ਤੇਰੀ ਅੰਮੀ ਤਰ੍ਹਾਂ ਮੈਂ ਸਾਲਣ ਬਣਾਵਾਂ ਅੱਛਾ ਜੀ ਹਾਂਜੀ ਬੜੀ ਗੱਲ ਆ ਅੱਜ ਕੋਸ਼ਿਸ਼ ਕਰਨੀ ਚਾਹੀਦੀ ਆ ਬਿਲਕੁਲ ਕੋਸ਼ਿਸ਼ ਕਰੋ ਹਰ ਮੰਜ਼ਿਲ ਬੰਦੇ ਨੂੰ ਮਿਲ ਜਾਂਦੀ ਕੋਈ ਮੰਜ਼ਿਲ ਅਧੂਰਾ ਨਹੀਂ ਰਹਿੰਦਾ ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਆ ਬੰਦੇ ਹਾਂਡੀ ਜਿਹੜੀ ਆ ਨਾ ਮੈਂ ਉੱਪਰ ਰੱਖ ਲਈ ਆ ਮੈਂ ਕਿਹਾ ਗਰਮ ਹੋ ਜਾਵੇ ਅਤੇ ਮੈਂ ਪਿਆਜ਼ ਕੱਟ ਲਊਂਗੀ
टमाटर लसन नमक पावांगी जी माशाल्लाह मसाला में चंगी तरह भुन लिया वा इहदे विच आलू मटर पावांगे हुण बिस्मिल्लाह रहमान रहीम इनू ना मसाले दे विच चंगी तरह भुनांगी बिस्मिल्लाह रहमान रहीम आटा इस करके ज़्यादा चुकिया वा मैं के सुबह ना गुनिया होएगा आटा फिर टेंशन नहीं होएगी इन्ना ज्यादा शोरा मैं नहीं रखिया इहदा ढक्कन जिहड़ा वा मैनूं इह बड़ा पसंद है जी माशाल्लाह एक रोटी साड़ी तैयार हो गई है इस वीडियो का मैं इत्थे करांगी एंड आज दा व्लॉग मेरा इसी अगर मेरा व्लॉग पसंद आया हो मेरे चैनल नू सब्सक्राइब करें लाइक करें शेयर जरूर करें इसे दे नाल अपनी भैन नू दियो इजाजत अल्लाह हाफिज़